जलंधर दी मकसूदा मंडी दे विच भीड़ नूं घट करके कोरोना वायरस तो बचा दे मकसद दे नाल जलंधर कैंट तो विधायक प्रगट सिंह वल्लों अज पिंड प्रतापपुरा विच बदलवी सब्जी मंडी लोकां नूं समर्पित कीती गई। इस मौके प्रगट सिंह दे नाल उपमंडल मैजिस्ट्रेट जलंधर दो राहुल सिंधु भी मौजूद सन। इस तो बाद विधायक प्रगट सिंह ने कहा कि सब्जी मंडी खुलण दे नाल मकसूदा मंडी विखे भीड़ घट करन लई सहायता होवेगी। जिहड़ा अज प्रतापपुरे सब्जी मंडी का उद्घाटन किया पिछे दो कारण है। एक तो यह है कि शहर जिहड़ा आ वह बहुत वड्डा होण करके एक मंडी दे विच रश वैसे बहुत पै जांदा, लेकिन हुण इह करोना वायरस करके भी यह बहुत वड्डी समस्या बनी हुई है। और मैं समझदा कि इस एरिए दी एक अपॉर्चुनिटी भी है, और दूसरा यह है कि डिस्ट्रिक्ट एडमिनिस्ट्रेशन ने जिथे साथ दिता उत्थे इस एरिए दे किसान जिहड़े आ आढ़तीए आ सब्जी वाले हैगे आ उन्हां सारिआं नूं भी सुविधा होगी, ता कि जिहड़ा उत्थे लोड जिहड़ा डिवाइड हो जूगा। और आ जिहड़ा एरिया हैगा चाहे नकोदर है चाहे शाहकोट आ चाहे मलसी आया चाहे लुइया है सारा बेसिकली सब्जी का एरिया हैगा, और उदे नाल शहर की ट्रैफिक नूं बहुत वड्डा फर्क पऊगा आने वाले समय च। और मैं डिस्ट्रिक्ट एडमिनिस्ट्रेशन का भी धन्यवाद करदा और सारे इस एरिए दे लोकां दा धन्यवाद करदा कि उन्होंने इहदे विच पार्टीसपेट करके ते इहनूं मेरा ख्याल है भी आने वाले दिनों दे विच सक्सैसफुल बनाउणगे और उहदे विच हर बंदे नूं जिहड़ा उह फायदा भी होगा। सो मैं एक बेनती होर जरूर करनी चाहुंदा कि आपां कोशिश करिए भी ऑरगैनिक सब्जी भी जिहड़ी आ ਉਹ ਵੀ ਜਿਹੜੀ ਆ ਉਹਦੇ ਵਿੱਚ ਵੀ ਆਪਾਂ ਇੰਟਰੋਡਕਸ਼ਨ ਵੀ ਦਈਏ ਔਰ ਉਹਨੂੰ ਵੀ ਆਪਾਂ ਕੋਸ਼ਿਸ਼ ਕਰੀਏ ਕਿਉਂਕਿ ਜਿਹੜੀਆਂ ਪੈਸਟੀਸਾਈਡਸ ਵਾਲੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਉਹਨੂੰ ਹੌਲੀ ਹੌਲੀ ਸਾਨੂੰ ਘਟਾਉਣਾ ਚਾਹੀਦਾ। ਇਸ ਮੌਕੇ ਜ਼ਿਲ੍ਹਾ ਮੰਡੀ ਅਫਸਰ ਦਵਿੰਦਰ ਸਿੰਘ ਕੈਂਤ, ਮਾਰਕੀਟ ਕਮੇਟੀ ਜਲੰਧਰ ਸ਼ੌਣੀ ਦੇ ਚੇਅਰਮੈਨ ਹਰਭੁਪਿੰਦਰ ਸਿੰਘ ਸਮਰਾ ਤੇ ਕੇਵਲ ਸਿੰਘ ਅਤੇ ਹੋਰ ਵੀ ਹਾਜ਼ਰ ਸਨ। ਬੜੀ ਅੱਜ ਖੁਸ਼ੀ ਦੀ ਗੱਲ ਹੈ ਕਿ ਜਿਹੜੀ ਪ੍ਰਤਾਪਰਾ ਮੰਡੀ ਸਟਾਰਟ ਹੋਈ ਹੈ, ਕਿਉਂਕਿ ਜਿਹੜੀ ਅੱਜ ਇੱਕ ਜੰਗ ਲੜ ਰਹੇ ਹਾਂ ਆਪਾਂ ਕਰੋਨਾ ਦੇ ਖਿਲਾਫ ਥਰਡ ਵਰਲਡ ਵਾਰ, ਉਹਦੇ ਵਿੱਚ ਜਿੰਨੇ ਵੀ ਲੋਕ ਨੇ ਚਾਹੇ ਪੱਤਰਕਾਰ ਨੇ ਚਾਹੇ ਅਧਿਕਾਰੀ ਨੇ ਤੇ ਚਾਹੇ ਆਮ ਲੋਕ ਨੇ, ਉਹ ਸਾਰੇ ਸੈਨਿਕ ਨੇ। ਸੋ ਸਾਰੇ ਸੈਨਿਕਾਂ ਨੇ ਰਲ ਕੇ ਫੈਸਲਾ ਕੀਤਾ ਕਿ ਆਪਾਂ ਪ੍ਰਤਾਪਰਾ ਮੰਡੀ ਨੂੰ ਚਲਾਉਣਾ ਹੈ ਸਬਜ਼ੀ ਲਈ, ਕਿਉਂਕਿ ਇੱਕ ਤਾਂ ਰਸ਼ ਘਟੇਗਾ, ਇੱਕ ਨੰਬਰ 2 ਤੇ ਆਮ ਲੋਕਾਂ ਨੂੰ ਸਹੂਲਤ ਹੋਵੇਗੀ। ਸੋ ਆਮ ਲੋਕਾਂ ਦੀ ਰਾਏ ਵੀ ਸੀ ਕਿ ਆਪਾਂ ਮੰਡੀ ਨੂੰ ਕਿਸੇ ਨਾ ਕਿਸੇ ਭਾਈ ਰਸ਼ ਤੋਂ ਕੱਢ ਕੇ ਬਾਹਰ ਲੈ ਕੇ ਜਾਈਏ। ਸੋ ਬਹੁਤ ਹੀ ਮੈਨੂੰ ਅੱਜ ਬੜੀ ਖੁਸ਼ੀ ਹੋਈ ਕਿ ਸਰਦਾਰ ਪ੍ਰਗਟ ਸਿੰਘ MLA ਪਦਮਸ਼੍ਰੀ ਦੇ ਸਹਿਯੋਗ ਦੇ ਨਾਲ ਇਹ ਮੰਡੀ ਸ਼ੁਰੂ ਹੋਈ ਆ, ਔਰ ਆਉਣ ਵਾਲੇ ਸਮੇਂ ਵਿੱਚ ਇਹ ਮੰਡੀ ਬੜੀ ਤਰੱਕੀ ਕਰੂਗੀ। ਔਰ ਇਸ ਮੰਡੀ ਵਿੱਚ ਆਉਣ ਇਲਾਕੇ ਦੇ ਜਿੰਨੇ ਵੀ ਨਾਲ ਨਾਲ ਦੇ ਪਿੰਡ ਨੇ ਜਾਂ ਹੋਰ ਇਲਾਕਾ ਹੈ ਉਹਨੂੰ ਰੁਜ਼ਗਾਰ ਵੀ ਮਿਲੇਗਾ, ਕਿਉਂਕਿ ਸਾਨੂੰ ਕਿਤੇ ਨਾ ਕਿਤੇ ਅੱਜ ਰੋਟੀ ਦੀ ਵੀ ਲੋੜ ਹੈ, ਸਾਨੂੰ ਅੱਜ ਕੰਮ ਦੀ ਲੋੜ ਹੈ, ਬੱਚੇ ਐਡਜਸਟ ਹੋਣਗੇ, ਕੋਈ ਨਾ ਕੋਈ ਕੋਈ ਆਪੋ ਆਪਣਾ ਕੰਮ ਕਰੂਗਾ। ਇਸ ਕਰਕੇ ਇਹਨੂੰ ਆਪਾਂ ਪੋਜ਼ਿਟਿਵ ਸੋਚਣਾ, ਕਿਉਂ ਜਦੋਂ ਆਪਾਂ ਚੰਗਾ ਸੋਚਾਂਗੇ ਤਾਂ ਚੰਗਾ ਹੁੰਦਾ ਹੈ। ਕੋਈ ਗੁਰਬਾਣੀ ਵੀ ਕਹਿੰਦੀ ਬਹੁਤਾ ਕਹੀਏ ਬਹੁਤਾ ਹੋਏ। ਸੋ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਅਸੀਂ ਇਸ ਮੰਡੀ ਨੂੰ ਸਟਾਰਟ ਕੀਤਾ, ਆੜ੍ਹਤੀਆਂ ਨੇ ਬੜਾ ਅੱਛਾ ਰਿਸਪੌਂਸ ਦਿੱਤਾ, ਕਸਟਮਰ ਆਏ ਬੜੇ ਖੁਸ਼ ਸੀਗੇ, ਔਰ ਵੱਡੀ ਗੱਲ ਇਹ ਮੀਡੀਆ, ਮੀਡੀਆ ਨੇ ਬਹੁਤ ਹੀ ਅੱਜ ਅੱਛਾ ਸਾਥ ਦਿੱਤਾ। ਔਰ ਮੀਡੀਆ ਕਹਿੰਦਾ ਜਿਵੇਂ ਬਾਕੀ ਸੈਨਿਕ ਹੈ ਅਸੀਂ ਵੀ ਸੈਨਿਕ ਹੈ, ਜਿਵੇਂ ਮਹਾਰਾਜਾ ਰਣਜੀਤ ਸਿੰਘ ਨੇ ਮਿਸਲਾਂ ਨੂੰ ਇਕੱਠੇ ਕਰਕੇ ਨਾ ਇੱਕ ਫੌਜ ਬਣਾਤੀ ਸੀ, ਇੱਕ ਦੇਸ਼ ਬਣਾਤਾ ਸੀ, ਇੱਦਾਂ ਅੱਜ ਸਾਰੇ ਇਨਸਾਨ ਇਕੱਠੇ ਹੋ ਕੇ ਕਰੋਨਾ ਦੇ ਖਿਲਾਫ਼ ਇੱਕ ਵੱਡਾ ਰਾਜ ਖੜਾ ਕਰੀਏ ਤਾਂ ਕਿ ਕਰੋਨਾ ਨੂੰ ਹਰਾ ਸਕੀਏ। ਸੋ ਜ਼ਿਆਦਾ ਗੱਲਾਂ ਨਾ ਕਹਿੰਦਾ ਹੋਇਆ ਇੱਥੇ ਬੇਨਤੀ ਕਰਦਾ ਇਲਾਕੇ ਵਾਲਿਆਂ ਨੂੰ ਕਿ ਇਸ ਮੰਡੀ ਵਿੱਚ ਆਓ, ਇਹਨੂੰ ਕਾਮਯਾਬ ਕਰੋ ਔਰ ਕਰੋਨਾ ਨੂੰ ਹਰਾਓ। ਅਜੀਤ ਦੇ ਲਈ ਜਮਸ਼ੇਰ ਖਾਸ ਤੋਂ ਰਾਜ ਕਪੂਰ ਦੀ ਰਿਪੋਰਟ। ਵਧੇਰੇ ਖਬਰਾਂ ਦੇ ਲਈ ਤੁਸੀਂ ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ। ਦੇਸ਼ ਦੁਨੀਆ ਤੇ ਕਰੋਨਾ ਮਹਾਮਾਰੀ ਦਾ ਅਸਰ, ਇਹ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ। ਅਜੀਤ ਵੈਬ ਟੀਵੀ ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ। ਪਿੰਡ ਕਸਬਾ ਸ਼ਹਿਰ ਹੋਵੇ ਜਾਂ ਦੇਸ਼ ਵਿਦੇਸ਼, ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ। ਕਲਮ ਦੀ ਤਾਕਤ ਤੇ ਵੈਬ ਟੀਵੀ ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਂਗੇ ਹਰ ਮਨ ਦੀ ਆਵਾਜ਼, ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ। ਆਪ ਨਹੀਂ ਤਾਂ ਪਹੁੰਚੇਗੀ ਸਾਡੀ ਵੀਡੀਓ ਕਾਲ। ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ।